ਤੁਸੀਂ ਕਦੇ ਕੋਈ ਵੀਡੀਓ ਨਾਲ ਪੰਗਾ ਲਿਆ ਹੈ? ਤੁਸੀਂ ਗਾਇਕੀ ਨਾਲ ਕਿਉਂ ਪੰਗੇ ਲੈ ਰਹੇ ਹੋ? ਇਹਦਾ ਜਵਾਬ ਦਿਓ ਮੈਡਮ। ਗਾਇਕੀ ਨਾਲ ਪੰਗੇ ਭਾਜੀ, ਮੈਂ ਕੋਸ਼ਿਸ਼ ਕਰ ਰਿਹਾ ਜੀ, ਹਰ ਬੰਦਾ ਸਟਰਗਲ ਕਰਦਾ, ਮੈਂ ਹੁਣ ਗਾਇਕੀ ਸਟਰਗਲ ਨਹੀਂ ਸਟਰਗਲ ਕਰਦਾ, ਹੁਣ ਤੁਹਾਡੇ ਵੀਡੀਓ ਦਾ ਕੰਮ ਵਧੀਆ ਚੱਲ ਰਿਹਾ, ਫਿਲਮਾਂ ਵੱਲ ਵੀ ਆ ਗਏ ਹਨਾ। ਤੁਸੀਂ ਭਾਜੀ ਐਕਟਿੰਗ ਕਰਦੇ ਜਿਹੜੀ ਸਵੇਰੇ, ਉਹ ਮੈਂ ਉਹ ਜੀਤਿਆ, ਗੁੱਡ ਮਾਰਨਿੰਗ, ਤੁਸੀਂ ਵੀ ਤਾਂ ਕਰਦੇ ਹੋ ਭਾਜੀ। ਮੈਂ ਤਾਂ ਜਨਾਬ ਐਸ ਕੀੜੇ ਕੱਢਦਾ ਆਪਣੇ, ਕੀੜੇ ਤੁਸੀਂ ਸਨੈਪ ਚੈਟ ਤੇ ਕੱਢ ਲਓ। ਨਹੀਂ ਨਹੀਂ ਭਾਜੀ, ਸਾਡੇ ਜਿਹੜੇ ਪਿਆਰ ਕਰਨ ਵਾਲੇ ਸੱਜਣ ਨੇ ਕਹਿੰਦੇ ਹੁਣ ਜੇ ਕੋਈ ਤੁਸੀਂ ਸ਼ੋਅ ਲਾਇਆ ਕਿਤੇ ਵੀ, ਨਾ ਸ਼ੋਅ ਨਹੀਂ ਲਾਉਂਦਾ ਭਾਜੀ, ਪਰ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਗਾ। ਚਲੋ ਠੀਕ ਹੈ ਜੀ, ਤੁਹਾਡੇ ਸਾਹਮਣੇ ਬਾਈ ਤੋਂ ਪ੍ਰੋਮਿਸ ਲੈ ਰਿਹਾ, ਨਾ ਸ਼ੋਅ ਲਾਣਾ ਕਿਤੇ ਵੀ, ਜੇ ਲਾਇਆ ਫਿਰ ਦੇ। ਆਸਟ੍ਰੇਲੀਆ ਲਾ ਰਹੇ ਆ ਜੀ, ਆਸਟ੍ਰੇਲੀਆ ਵਾਲੇ 10 ਨਵੰਬਰ ਨੂੰ ਆਈਵੀ ਚ ਸ਼ੋਅ ਹੈ ਆਪਣਾ, ਪਲੀਜ਼। ਇਹ ਬੰਦੇ ਕਾਮਯਾਬ ਹੈ ਜਿਹੜੇ ਫ੍ਰੀ ਦੀ ਪ੍ਰਮੋਸ਼ਨ ਵੀ ਕਰ ਲੈਂਦੇ ਆ ਨਾਲ ਨਾਲ ਸ਼ੋਅ ਦੀ। ਲਓ ਜੀ, ਬਾਈ ਹਟਦਾ ਤਾਂ ਹੈ ਨਹੀਂ ਗਾਉਣੋ, ਹਨਾ, ਫਿਰ ਇੱਕ ਐਕਸਪੈਰੀਮੈਂਟ ਲੱਗੇ ਆ ਕਰਨ, ਪਤੰਦਰ ਨੇ ਇੱਦਾਂ ਇਹਨੇ ਹਟਣਾ ਨਹੀਂ। ਕਹਿੰਦੇ ਇਫ ਯੂ ਕੈਨ ਨਾਟ ਬੀਟ ਦੈਮ ਜੁਆਇਨ ਦੈਮ, ਬਾਈ ਕਹਿੰਦੇ ਹਟਣਾ ਹੈ ਨਹੀਂ। ਚਲੋ ਜੀ, ਕਰੀਏ ਸ਼ੁਰੂ। ਚਲੋ ਜੀ, 1 2 3 ਜਦੋਂ ਹੁੰਦਾ ਏ ਅਸਰ ਲਾਲ ਪਰੀ ਦਾ, ਫੋਨ ਕੱਲੇ ਕੱਲੇ ਯਾਰ ਨੂੰ ਐ ਕਰੀਦਾ, ਵਿੱਚ ਵੇਖ ਕੇ ਨੰਬਰ ਤੇਰਾ ਜਾਣੇ ਨੀ, ਜਾਂਦਾ ਰੁਕਿਆ ਨੀ ਡੈਲ ਜੱਕ ਮਾਇਆ, ਮਾਣ ਨਾ ਕਰੀ ਮੈਂ ਚੇਤੇ ਕਰਦਾ, ਇਹਦਾ ਪੈਗ ਲਾ ਕੇ ਫੋਨ ਜਾ ਮਨਾਇਆ ਜਾਂਦਾ ਏ। ਤੂੰ ਤਾਂ ਇਹ ਵੀ ਪਿੱਛੋਂ ਦੀ ਕਿਤੇ ਕੀਨੀਆ